ਅਸਲਾਮੁ ਅਲੈਕੁਮ ਸਜਣੋ ਤੇ ਬੈਲੀਓ, ਉਮੀਦ ਕਰਨਾ ਕਿ ਸਾਰੇ ਦੋਸਤ ਅਹਬਾਬ ਅੱਲਾਹ ਪਾਕ ਦੇ ਫਜ਼ਲ ਤੇ ਕਰਮ ਦੇ ਨਾਲ ਹੈਰੀਅਤ ਨਾਲ ਹੁੰਦੇ। ਅੱਜ ਦਿਨ ਜੁਮਾਤੁਲ ਮੁਬਾਰਕ ਦਾ ਤੇ ਇਸ ਟਾਈਮ ਫਹਰੇ ਸਿਆਲਕੋਟ, ਸਿਆਲਕੋਟ ਦੇ ਨਾਮੂਰ ਮਸ਼ਹੂਰ ਤੇ ਮਾਸ਼ਾਅੱਲਾ ਜੀ ਸਸਤੇ ਵਪਾਰੀ ਮੁਹੰਮਦ ਬਲਾਲ ਬਾਜਵਾ ਸਾਹਿਬ ਦੇ ਡੇਰੇ ਤੇ ਮੌਜੂਦ ਆ। ਤੇ ਮਾਸ਼ਾਅੱਲਾ ਜੀ ਬਾਜਵਾ ਸਾਹਿਬ ਮਿਹਨਤ ਕਰਕੇ ਦੋਸਤਾਂ ਵਾਸਤੇ 7 ਖੂਬਸੂਰਤ ਮੁਨਾਸਬ ਕੀਮਤ ਗਾਵਾਂ ਲੈ ਕੇ ਆਏ ਨੇ, ਜਿਨ੍ਹਾਂ 'ਚ ਮਾਸ਼ਾਅੱਲਾ ਜੀ ਇੱਕ ਸ਼ਾਨਦਾਰ ਟਾਪ ਕਲਾਸ ਅਸਲੀ ਅਤੇ ਨਸਲੀ ਵੈੜ ਵੀ ਮੌਜੂਦ ਹੈ। ਕਮ ਅਜ਼ ਕਮ ਕੀਮਤ ਹੈ ਜੀ 2 ਲੱਖ ਅਤੇ 15 ਹਜ਼ਾਰ। ਸਾਰੇ ਜਾਨਵਰਾਂ ਦੀ ਤਸੱਲੀ ਕਰਾਉਂਦੇ ਹਾਂ ਅਤੇ ਇਹਨਾਂ ਦਾ ਜਿਹੜਾ ਪਿਆਰ ਮੁਹੱਬਤ ਵਾਲਾ ਜਾਇਜ਼ ਮੁਨਾਸਬ ਰੇਟ ਹੈ ਉਹ ਵੀ ਮਲੂਮ ਕਰਨੇ ਹਾਂ। ਬਲਾਲ ਸਾਹਿਬ ਤਾਂ ਛੁੱਟੀ 'ਤੇ ਨੇ ਅਤੇ ਸੂਬੇਦਾਰ ਸਾਹਿਬ ਮੌਜੂਦ ਨੇ ਜੀ। ਅਸਲਾਮੁ ਅਲੈਕੁਮ। ਵਾਲੇਕੁਮ ਅਸਲਾਮ ਜੀ। ਸੂਬੇਦਾਰ ਸਾਹਿਬ ਕੀ ਹਾਲ, ਠੀਕ ਹੋ? ਬੜਾ ਸੋਹਣੇ ਮਾਲਕ ਦਾ ਬੜਾ ਭਰਾਸਾ ਕਰਮੇ ਮੇਰੀ ਤਰਫੋਂ, ਤੁਹਾਡੀ ਤਰਫੋਂ, ਬਲਾਲ ਦੀ ਗੈਰ ਮੌਜੂਦਗੀ ਬਲਾਲ ਦੀ ਤਰਫੋਂ, ਪੱਠੇ ਪਾਉਣਾ ਜਿਹੜੇ ਸ਼ੇਰ ਉਹਨਾਂ ਦੀ ਤਰਫੋਂ, ਭਾ ਮੁਸਵਾ ਦੀ ਤਰਫੋਂ, ਨਾ ਆਸਫ ਦੀ ਤਰਫੋਂ, ਸਭ ਤਰਫੋਂ ਜੀ ਸਲਾਮ ਅਲੈਕੁਮ ਜੀ। ਵਾਲੇਕੁਮ ਅਸਲਾਮ। ਭਰਾ ਸਾਹਿਬ ਨੇਕ ਨੀਤੀ ਨਾਲ ਕਾਰੋਬਾਰ ਕਰੋ ਤਾਂ ਮੇਰਾ ਸੋਹਣਾ ਮਾਲਕ ਵੀ ਸਾਥ ਦਿੰਦਾ। ਭਾ ਮੁਸਵਾ ਨਾ ਇਹਨਾਂ ਨੇ ਪਰਸੋਂ ਤੇ ਭਜਵਾਉਣੀਆਂ ਵੈੜੀਆਂ ਜੋੜਾ ਤੇ ਆਏ ਹਨ ਤੇ ਮੈਨੂੰ ਆਹਦੇ ਜਿਹੜੀਆਂ ਉਹ ਅਗਲੀਆਂ ਨੇ ਉਹ ਕਿੱਥੇ ਗਈਆਂ ਨੀ? ਮੈਂ ਕਿਹਾ ਉਹ ਮੇਰੇ ਮਾਲਕ ਦਾ ਕਰਮ ਹੈ, ਮੱਠਾ ਚੜਾ ਕੇ ਮੁੱਲ ਲਾਈਦਾ ਤੇ ਸੋਹਣੇ ਮਾਲਕ ਦੇ ਕਰਨ ਉਸੇ ਦਿਨ ਮੇਰਾ ਸੋਹਣਾ ਮਾਲਕ ਲੈ ਜਾਂਦਾ ਬੋਕੋ ਜਾਂਦਾ ਸਾਰਾ ਹੀ ਤੇ ਉਹ ਇਹ ਬਿਆਨਦੇ ਹਨ ਵੀ ਮੈਂ ਉਹ ਮੇਰੇ ਸੋਹਣੇ ਮਾਲਕ ਅੱਗੋਂ ਨਵੀਆਂ ਆਈਆਂ ਜੀ ਇਹਨਾਂ ਚੋਂ ਵੇਖ ਲਵੋ ਕੋਈ। ਹਾਂਜੀ ਇੰਝ ਗੱਲ ਹੋਈ ਹੈ, ਮਾਲ ਲਿਆਉਂਦਾ ਸੋਹਣਾ ਸੂਬੇਦਾਰ ਜਿਹੜਾ ਫੌਜੀ ਹੋ ਕੇ ਤੇ ਤਜਰਬਾ ਇਹਦਾ, ਕਿਉਂਕਿ ਜਿੱਦਣ ਹੀ ਇਹ ਚਾੜਦਾ ਨਾ ਆਪਣਾ ਵੀਡੀਓ ਤੇ ਉਦਣ ਹੀ ਮਾਲ ਸਾਰਾ ਬੋਕ ਹੋ ਜਾਂਦਾ, ਕਿਉਂਕਿ ਦੂਜੇ ਦਿਨ ਆ ਕੇ ਵੇਖੋ ਤਾਂ ਮਾਲ ਇੱਥੇ ਨਹੀਂ ਹੁੰਦਾ, ਕਿਉਂਕਿ ਇਸ ਤਰ੍ਹਾਂ ਦਾ ਅੱਲਾ ਦਾ ਇਹਦੇ ਤੇ ਮੇਰਾ ਮਤਲਬ ਸੋਹਣਾ ਅੱਲਾ ਦਾ ਕਰਮ ਹੈ, ਕਿਉਂਕਿ ਮਾਲ ਚੰਗਾ ਲਿਆਉਂਦਾ ਤੇ ਮੁੱਲ ਬੜਾ ਜਾਇਜ਼ ਬੋਲਦਾ। ਚੰਗੇ ਨੇ ਬੰਦੇ ਆ, ਚੰਗਾ ਮੁੱਲ ਬੋਲਦਾ ਤੇ ਫਿਰ ਉਹਦੇ ਵਿੱਚ ਸਾਰਾ ਹੀ ਕੰਮ ਚੰਗੇ ਆ ਜਾਂਦੇ। ਸਭ ਤੋਂ ਚੰਗੀ ਜ਼ਾਤ ਭਾ ਮੁਸਵਾ ਮੇਰੇ ਸੋਹਣਾ ਮਾਲਕ, ਅੱਲਾ ਪਾਕ ਦੀ ਹੈ, ਅੱਲਾ ਪਾਕ ਦੀ ਕਿ ਮੁੱਲ ਚੰਗਾ ਹੋਵੇ ਨਾ ਵੇਖੋ, ਅਸੀਂ ਵੀ ਡੰਗਰ ਲੈਨੇ ਆ, ਹਰ ਬੰਦਾ ਗਾਹਕ ਹੁੰਦਾ ਜੀ। ਜਿਹੜਾ ਸ਼ਹਿ ਫਰਾਜ਼ ਸਾਹਿਬ ਆਪਣੇ ਦਿਲ ਨੂੰ ਚੰਗੀ ਲੱਗੇ ਨਾ ਉਹ ਹਰ ਇੱਕ ਦਿਲ ਨੂੰ ਚੰਗੀ ਲੱਗਦੀ, ਚੰਗੀ ਲੱਗਦੀ ਹੈ। ਜਦੋਂ ਕਿਤੇ ਜਾਈਏ ਤੇ ਕੋਈ ਮੁੱਲ ਪੁੱਠਾ ਕਰੇ ਨਾ ਗਾਂ ਦਾ ਤੇ ਝੂਠ ਬੋਲੇ, ਚੁੱਪ ਕਰ ਜਾਈਦਾ ਭਾ ਮੁਸੇ, ਕੋਈ ਦੱਸ ਉਹ ਚੁੱਪ ਕਰ ਜਾਈਦਾ। ਜੇ ਕੋਈ ਮੁੱਲ ਬਹੁਤਾ ਬੋਲੇ ਉਹਦਾ ਕੁਛ ਤੇ ਬੋਲ, ਉਹਨੂੰ ਕਹ ਬੋਲਣਾ ਕਿ ਤੂੰ ਆਪਣੇ ਆਪ ਨੂੰ ਦਰੁਸਤ ਕਰ। ਹਾਂ ਬਿਲਕੁਲ, ਉਹ ਸੋ ਗੱਲ ਜੇ ਮੈਂ ਮੁੱਲ ਹੀ ਚੰਗੇ ਚੰਗੇ ਤੁਰ ਤੁਰ ਕੇ ਭਾ ਮੁਸਵਾ ਲਾਵਾਂਗਾ ਨਾ ਤਾਂ ਲਏਗਾ ਕਿਹੜਾ, ਕਿਸੇ ਆਖਣਾ ਚੁੱਪ ਕਰ ਜਾਓ ਪਰ ਇਹਨੂੰ ਗਾਂ ਕਰੋ, ਅੱਜ ਕੱਲ ਉਹਨੂੰ ਗਾਂ ਕਰਨਾ ਮੈਨੂੰ ਵੀ ਆ ਗਿਆ ਸੌਖਾ ਹੋ ਜਾਂਦਾ ਗਾਂ, ਇਹਨੂੰ ਇਹਨੂੰ ਅੱਗੇ ਕਰੋ ਯਾਰ। ਬਿਲਕੁਲ, ਇਹ ਮਾਸ ਦੇ ਵੱਡੇ ਵੱਡੇ ਗੜਾਫੇ ਮੁੱਲ ਲਾ ਫਰਾਜ਼ ਸਾਹਿਬ ਇੰਨਾ ਸਰ ਤੂੰ ਖੁਦ 5-10 ਹਜ਼ਾਰ ਦੀ ਯਾਰੀ ਹੋਰ ਕਹਿੰਦੇ ਉਹਨਾਂ ਕੇ ਜ਼ਰਦੀ ਖਾਓ, ਆਂਡਾ ਵੀ ਪੂਰਾ ਨਾ ਖਾਓ, ਯਕੀਨ ਕਰੋ ਕਿ ਚੌਥੀ ਪੰਜਵੀਂ ਵੀਡੀਓ ਪੁੱਤਰ ਨੂੰ ਮੈਂ ਕਿਹਾ ਦੱਸ ਮੇਰਿਆ ਪੁੱਤਰਾ ਜਿਹੜੀ ਗੱਲ ਬਾਪ ਕਹੇ ਉਹ ਸਹੀ ਹੁੰਦੀ ਹੈ ਕਿ ਜਿਹੜੀ ਤੂੰ ਖੁਦ ਬੰਦਾ ਕਹੇ ਉਹ ਸਹੀ, ਉਹਨੇ ਮੰਨਿਆ ਤੇ ਉਹਦਾ ਬੈਠਾ ਮੇਰੇ ਕੋਲ ਉਦਣ 5-6 ਦਿਨ ਹੋਏ, ਉਹਨੇ ਕਿਹਾ ਅੱਬਾ ਜਿਹੜੇ ਬਾਪ ਕੇ, ਮੈਂ ਕਿਹਾ ਤੈਨੂੰ ਇਹ ਕਿਹਾ ਨਾ ਕਿ ਬਾਪ ਚਰਸੀ ਭੰਗੀ ਫੀਮੀ ਪਾਗਲ ਵੀ ਹੈ ਨਾ ਕੁਛ ਵੀ ਹੋਏ ਭਾਈ, ਉਹ ਕਹੇ ਨਾ ਔਲਾਦ ਕੇ ਪੁੱਤਰ ਇਹ ਕੰਮ ਸਹੀ ਆ ਮੇਰਾ ਸੋਹਣਾ ਮਾਲਕ ਉਹਨੂੰ ਸਹੀ ਕਰ ਦਿੰਦਾ। ਮਾਸ਼ਾਅੱਲਾ, ਪਰਸੋਂ ਆਪਣਾ 3-4 ਦਿਨ ਕਹਿੰਦੇ ਸਾਡੇ ਪਟਵਾਰੀ ਸਾਹਿਬ ਨੇ ਉਹਨਾਂ ਦੀ ਵਾਲਦਾ ਫੌਤ ਹੋ ਗਈ, ਅੱਲਾਹ ਤਾਲਾ ਨੂੰ ਪਿਆਰੀ ਹੋ ਗਈ ਹੈ। ਮੈਂ ਉਹ ਪਿਆ ਮੌਲਵੀ ਜਦੋਂ ਹੋਣ ਲੱਗਾ ਨਾ ਜਨਾਜ਼ਾ ਤੇ ਮੌਲਵੀ ਸਾਹਿਬ ਕੀ ਆਖਿਆ, ਉਹਨੇ ਕਿਹਾ ਦਰਖਤ ਦਾ ਪਤਾ, ਮੈਂ ਪਹਿਲੀ ਵਾਰੀ ਗੱਲ ਸੁਣੀ ਜਿਹੜੀ ਮੈਂ ਨਾ ਸੁਣੀ ਹੋ, ਜੇ ਮੈਨੂੰ ਚੰਗੀ ਲੱਗੇ ਨਾ ਉਹ ਮੈਂ ਬਾਰ ਬਾਰ ਕਰਦਾ ਜੀ।
ਉਸ ਮੌਲਵੀ ਸਾਹਿਬ ਨੇ ਕਿਹਾ ਮੌਲਵੀ ਸਾਹਿਬ ਸਾਡੇ ਜੰਗੀ ਦੇ ਜਿੱਥੋਂ ਨੇ ਜਿੱਧਰ ਆਉਣਾ ਉਦੋਂ ਜਿੱਧਰਾਂ ਤੋਂ ਨਹੀਂ ਪਰ ਪਰਲਾ ਪਿੰਡ ਮੌਲਵੀ ਸਾਹਿਬ ਜਿਹੜੇ ਆਪਣਾ ਉਹਨਾਂ ਕਿਹਾ ਦਰਖਤ ਦਾ ਪਤਾ ਉਹਦੇ ਫਲ ਤੋਂ ਪਤਾ ਲੱਗਦਾ ਦਰਖਤ ਕੈਸਾ ਗੱਲ ਤੇ ਗੌਰ ਕਰੋ ਮੈਂ ਬਾਬਾ ਗੌਰ ਕੀਤਾ ਹੈਗਾ ਉਹਨਾਂ ਕਿਹਾ ਦਰਖਤ ਦਾ ਪਤਾ ਮਾਂ ਜੀ ਹੋਰਾਂ ਨੂੰ ਉਹਨਾਂ ਦਾ ਤਾਂ ਕੋਈ ਨਾ ਆਉਣ ਜਾਣ ਨਹੀਂ ਉਹਨੇ ਕਿਹਾ ਮਾਂ ਜੀ ਦਾ ਕਰਦਾਰ ਕਿ ਮਾਂ ਜੀ ਕੈਸੇ ਸਨ ਉਹਨਾਂ ਦਾ ਪਤਾ ਉਹਨਾਂ ਦੀ ਔਲਾਦ ਤੋਂ ਲੱਗਦਾ ਬਿਲਕੁਲ ਉਹ ਫਲ ਤੋਂ ਪਤਾ ਲੱਗਦਾ ਤੇ ਵਾਕਈ ਕਦੇ ਅੱਲਾ ਨੂੰ ਜੰਨ ਨਸੀਬ ਕਰੇ ਬਹੁਤ ਨੇਕ ਬੀਬੀ ਸੀ ਮੈਂ ਵੀ ਜਾਂਦਾ ਰਿਹਾ ਮੇਰੀ ਪਟਵਾਰੀ ਸਾਹਿਬ ਨਾਲ ਗੱਪ ਸ਼ਪ ਦਾ ਵਾਹਵਾ ਤੇ ਭਰਾ ਨੇ ਤੇ ਅੱਜ ਤੱਕ ਉਹਨਾਂ ਯਕੀਨ ਕਰੋ ਕਿਸੇ ਬੰਦੇ ਨਾਲ ਨਾ ਉਹਨਾਂ ਦਾ ਇੱਕ ਰਿਕਾਰਡ ਕਿ ਪਿੰਡ 'ਚ ਕਿਸੇ ਬੀਬੀ ਨਾਲ ਲੜੇ ਨੇ ਬਿਲਕੁਲ ਜੇ ਕੋਈ ਆਜਿਜ਼ ਬਣ ਕੇ ਉਹਦੇ ਘਰ ਆ ਗਿਆ ਨਾ ਉਹਨੂੰ ਖਾਲੀ ਨਹੀਂ ਕੱਲਿਆ ਮਾਸ਼ਾਅੱਲਾ ਤੇ ਅੱਗੋਂ ਅੱਲਾ ਤਾਲਾ ਨੇ ਉਹਨਾਂ ਦੀ ਔਲਾਦ ਨੂੰ ਵੀ ਇਸ ਤਰ੍ਹਾਂ ਦੀ ਤਦਬੀਰ ਦਿੱਤੀ ਹੈ ਕਿ ਉਹ ਵੀ ਇਹਨਾਂ ਤੋਂ ਗੌਰ ਕੀਤਾ ਕਿ ਤੁਸੀਂ ਕਿਸੇ ਬੰਦੇ ਨੂੰ ਉਹਨੇ ਤੂੰ ਨਹੀਂ ਆਖਿਆ ਵੇਖੋ ਨਾ ਵਕੀਲ ਇੱਕ ਦੂਜਾ ਭਰਾ ਵਕੀਲ ਵੀ ਜੀ ਵਕੀਲ ਹੋ ਕੇ ਤੁਹਾਨੂੰ ਪਤਾ ਵਕੀਲਾਂ ਦੇ ਤਰੀਕਾ ਲੇਕਿਨ ਉਹਦਾ ਪਤਾ ਨਹੀਂ ਚੱਲਦਾ ਕਿ ਵੀ ਵਕੀਲ ਅੱਗੇ ਤਾਂ ਐਵੇਂ ਅੱਲਾ ਵਾਲਾ ਕੋ ਕੀ ਮਾਂ ਨੂੰ ਨਾ ਜੰਨਤ ਫਰਦੋਸ ਜਗ੍ਹਾ ਤਾ ਫਰਮਾਏ ਰਾਤੀ ਵੀ ਬੈਠੇ ਸਾ ਤੇ ਗੱਲਾਂ ਹੁੰਦੀਆਂ ਹਨ ਬਈਆ ਬਹੁਤ ਨੇਕ ਆਦਮੀਆਂ ਸੂਬੇਦਾਰਾ ਮਾਲ ਤੇਰਾ ਤਾਂ ਹੀ ਵੇਖਦਾ ਮਾਲ ਦਾ ਤੂੰ ਮੁੱਲ ਲਾਨਾ ਪੂਰਾ ਮਕੂਲ ਜਾਇਦਾ ਛਾਲਾ ਨਹੀਂ ਮਾਰਦਾ ਇਸ ਵਜ੍ਹਾ ਤੇ ਤੇਰਾ ਮਾਲ ਵੇਖਦਾ ਤੇ ਵੀਡੀਓ ਚਾੜਦਿਆਂ ਸਾਰ ਜਿੱਦਣ ਚਾੜਨਾ ਓਦਣ ਹੀ ਕਿੰਨਾ ਲਈਦਾ ਬੁੱਕ ਹੋ ਜਾਂਦਾ ਅਗੂ ਕਿਉਂਕਿ ਉਹਦੇ ਵਿੱਚ ਸ਼ੱਕ ਸ਼ੁਬਾ ਨਹੀਂ ਹੁੰਦਾ ਮਾਸ਼ਾਅੱਲਾ ਤੇ ਵਧੀਆ ਉਹ ਕੰਮ ਹੁੰਦਾ ਅੱਜ ਬਲਾਲ ਨਹੀਂ ਅੱਲਾ ਨੇ ਸੁਣੀ ਹੈ ਅੱਜ ਬਲਾਲ ਗਈ ਅੱਜ ਹੋਰ ਬਈਆ ਮਾਸ਼ਾਅੱਲਾ ਜੀ ਤਹਿਸੀਲ ਪਸਰੂਰ ਹੈ ਜ਼ਿਲ੍ਹਾ ਸਿਆਲਕੋਟ ਤੇ ਚੌਕ ਫਲੋਰੇ ਤੋਂ ਬਿਲਕੁਲ ਹੀ ਨਜ਼ਦੀਕ ਸੂਬੇਦਾਰ ਸਾਹਿਬ ਦਾ ਡੇਰਾ ਵੇ ਇਹ ਸਾਹਮਣੇ ਮੇਨ ਰੋਡ ਭਾਗਵਾਲ ਤੋਂ ਤਕਰੀਬਨ 3-4 ਕਿਲੋਮੀਟਰ ਅਤੇ ਝੁਇੰਡੇ ਤੋਂ ਵੀ ਤਕਰੀਬਨ 3 ਕਿਲੋਮੀਟਰ ਮਜ਼ੀਦ ਨੰਬਰ ਸਕਰੀਨ 'ਤੇ ਆ ਰਹੇ ਨੇ ਦੋਸਤ ਰਾਬਤਾ ਕਰ ਸਕਦੇ ਨੇ ਖਿਲਾਰੇ ਭਾਈ ਅੰਬ ਨਵਾਲੀਆਂ ਨਹੀਂ ਜੇ ਫਰਾਜ਼ ਸਾਹਿਬ ਠੰਡ ਬੜੀ ਹੈ ਸੂਰਜ ਚੰਗਾ ਕੀਤਾ ਬਜਾਇ ਇਸ ਦੇ ਬਿਮਾਰ ਹੋਈਆਂ ਨੂੰ ਬਿਹਤਰ ਹੈ ਉਹ ਉਹਨਾਂ ਕੋਲ ਬਿਮਾਰ ਇੱਕ ਹੋ ਜਾਵੇ ਤੇ ਪੂਰੇ ਮਹੀਨੇ ਦਾ ਦਫਾ ਲੱਗ ਜਾਂਦੀ ਹੈ ਜੀ ਬਿਹਤਰ ਹੋ ਗਿਆ ਮੈਂ ਨਾ ਨਵਾਲ ਮਾਸ਼ਾਅੱਲਾ ਜੀ ਭਾਈ ਇਹਦਾ ਚਿਹਰਾ ਸਾਹਮਣੇ ਕਰੋ ਸਿੰਘ ਚਿੱਟੇ ਨੇ ਵੈੜ ਨੰਬਰ 1 ਮਾਸ਼ਾਅੱਲਾ ਜੀ ਰਾਤੀ ਦੇ ਮੇਰੀ ਵੀਡੀਓ ਜਾ ਸਮਝ ਆਂਦਾ ਹੀ ਪਿਆ ਜੀ ਸਿੰਘ ਚਿੱਟੇ ਵਾਲੀ ਪੁੱਛਦੀ ਏ ਕਿ ਦੁੱਧ ਕਿੰਨਾ ਦੇਵਾ ਹਾਂਜੀ ਗੱਲ ਜੀ ਸੂਬੇਦਾਰ ਸਾਹਿਬ ਸੁਬਾਹ ਕਿਨਵਾ ਸੂਈਏ ਤੇ ਕਿਦੋਂ ਨਹੀਂ ਸੂਈਏ ਮੂੰਹ ਅਖੀਰੀ ਖੀਰੀ ਏ ਇਧਰ ਕਰ ਆ ਗੱਲ ਵੀਡੀਓ ਦੀ ਖੀਰੀ ਨਹੀਂ ਆਈ ਹੋਈ ਨਹੀਂ ਕੋਈ ਮਾਸ਼ਾਅੱਲਾ ਜੀ ਪਹਿਲਨ ਵੈੜ ਏ ਖਲੋਏ ਖਲੋਏ ਵੇਖੋ ਆਪਣਾ ਵਾਕਈ ਖੀਰੀ ਆ ਚੈੱਕ ਕਰੋ ਮਾਸ਼ਾਅੱਲਾ ਜੀ ਆ ਵੀ ਖੀਰੀ ਏ ਠੀਕ ਇੱਕ ਮਿੰਟ ਅੰਬਰੇ ਉੱਤੇ ਬੁੱਲ ਫੜਨਾ ਬੁੱਲ ਫੜ ਕੇ ਮੇਰੇ ਭਰਾ ਇੱਕ ਵਾਰੀ ਖੀਰੀ ਵੇਖ ਲੈਣ ਕਿ ਪੁਤਲਾ ਪੁਤਲਾ ਬੁੱਲ ਫੜੀ ਆ ਚੈੱਕ ਕਰੋ ਜੀ ਫਰਾਜ਼ ਸਾਹਿਬ ਜਰਾ ਕਰੋ ਹਾਂ ਠੀਕ ਹੈ ਖਿੱਲੀ ਕੀ ਵੇਖੋ ਜ਼ਿੰਦਾਬਾਦ ਪਹਿਲੀ ਵੈੜੀ ਵੇਖੀ ਹੈਗੀ ਸੂਈ ਖੀਰੀ ਜੀ ਬਿਹਤਰ ਹੋ ਗਿਆ ਪਹਿਲਨ ਵੈੜ ਸਿੰਘ ਚਿੱਟੇ ਨੇ ਖੀਰੀ ਹੈ ਮਾਸ਼ਾਅੱਲਾ ਜੀ ਪਿੱਛੇ ਜਾ ਕੇ ਭਾਈ ਜਾਨ ਬੱਚਾ ਇਹ ਪਿੱਛੇ ਦੇ ਬੱਚਾ ਮਾਸ਼ਾਅੱਲਾ ਜੀ ਬੱਚਾ ਵੀ ਦੋਸਤਾਂ ਵੇਖਣੇ ਚੰਗਾ ਖੂਬਸੂਰਤ ਹੈ ਨਾੜੂ ਸਾਹਮਣੇ ਨਜ਼ਰ ਆਉਂਦਾ ਪਿਆ ਪਿਆਰੇ ਭਾਈ ਇੱਥੇ ਖਿਲਾ ਰਹੇ ਜ਼ਰਾ ਸੂਬੇਦਾਰ ਸਾਹਿਬ ਵੈੜ ਕਿਦਨ ਦੀ ਸੂਈ ਹੈ ਜੀ ਕੱਲ੍ਹ ਦੀ ਸੂਈ ਹੈ ਬੋਲੇ ਤੇ ਜ਼ਿਆਦਾ ਨਾੜੂ ਸਾਹਮਣੇ ਨਜ਼ਰ ਆਉਂਦਾ ਪਿਆ ਥਾਣੀ ਦੋਸਤਾਂ ਚੈੱਕ ਕਰਾਉਂਦੇ ਹਾਂ ਪਹਿਲਨ ਹੋ ਕੇ ਥਾਣੀ ਦੋਸਤਾਂ ਵੇਖਣੇ ਨੇ ਸੂਬੇਦਾਰ ਸਾਹਿਬ ਬੋਲਾ ਕਿੰਨਾ ਦੇ ਕੋਲ ਬੋਲਾ
ਉਹ ਮੇਰੇ ਸੋਹਣੇ ਮਾਲਕ ਦੇ ਕਰਮ ਨਾਲ ਇਸ ਟਾਈਮ ਕੋਈ 10 ਕਿਲੋ ਦੇ ਅੱਗੇ ਪਿੱਛੇ ਦੋਵਾਂ ਟਾਈਮਾਂ ਦਾ ਟੋਟਲ ਫਿਲਹਾਲ ਜਿਹੜਾ ਮੌਜੂਦਾ ਹੋਵੇ ਪਹਿਲਾਂ ਨੇ ਥਾਣੀ ਤਕਰੀਬਨ ਪਾਸ ਹੋਣੇ ਹੁੰਦੇ ਨੇ ਗੋਟਾਂ ਸੁੱਟ ਕੇ ਜ਼ਿਆਦਾ ਕਰੇ ਬਾਈ ਜ਼ਰਾ ਲੰਮੀ ਟੋਲ ਕੇ ਖੜੇ ਦੋਵਾਂ ਟਾਈਮਾਂ ਦਾ ਟੋਟਲ ਬੱਚੇ ਸਮੇਤ 10 ਕਿਲੋ ਮਾਸ਼ਾਅੱਲਾ ਜੀ ਲਿਬਾਸ ਦੋਸਤਾਂ ਚੈੱਕ ਕਰਾ ਦਿੰਦੇ ਆ ਪੁੱਠਾ ਵੀ ਦੋਸਤਾਂ ਵੇਖਣਾ ਇਹ ਚੈੱਕ ਕਰੋ ਮਾਸ਼ਾਅੱਲਾ ਜੀ ਚਿਹਰੇ ਦੀ ਖੂਬਸੂਰਤੀ ਵੇਖਣੀ ਪਿੱਛੇ ਦੇ ਵਿੱਚ ਸਿੰਘ ਵੀ ਚਿੱਟੇ ਚੈੱਕ ਕਰਾਓ ਜੀ ਅਮਰ ਸਾਹਿਬ ਅੱਖਾਂ ਵੀ ਇਹਦੀ ਚੈੱਕ ਕਰਾਓ ਜੀ ਇਹ ਚੈੱਕ ਕਰੋ ਮਾਸ਼ਾਅੱਲਾ ਜੀ ਚਿਹਰਾ ਵੀ ਦੋਸਤਾਂ ਵੇਖਣਾ ਅੱਖਾਂ ਵੀ ਚੈੱਕ ਕਰਨੀਆਂ ਨੇ ਖਾਣ ਵੀ ਮਾਸ਼ਾਅੱਲਾ ਜੀ ਵੇਖ ਲੈਣੇ ਨੇ ਸੋਹਣੇ ਥਾਨ ਨੇ ਪਿੱਛੇ ਦੇ ਬੱਚਾ ਠੀਕ ਭਾਈ ਲੰਮੀ ਟੁਰ ਕੇ ਲੈ ਚਲੋ ਜੀ ਜੀ ਸੁਬੇਦਾਰ ਸਾਹਿਬ ਕੀ ਰੇਟ ਹੈ ਜੀ ਵੈਟ ਨੰਬਰ 1 ਦਾ ਖੜਾ ਕੀ ਅੱਜ ਬਿਲਾਲ ਕੋਲ ਨਹੀਂ ਅੱਜ ਬਿਲਕੁਲ ਮਕੂਰ ਰੱਖ ਕੇ ਨਾ ਕਹਿੰਦਾ ਬਿਲਾਲ ਤੇ ਫਿਰ ਅੱਜ ਮੈਂ ਆਪਣੇ ਵਾਲਾ ਸਾਹਿਬ ਦਾ ਹੁਕਮ ਮੰਨਣ ਲੱਗਾ ਠੀਕ ਹੈ ਸੋਹਣੇ ਮਾਲਕ ਦੇ ਕੰਮ ਨਾਲ ਨਾ ਫਰਾਜ਼ ਸਾਹਿਬ ਮੁਲਤੇ ਦਾ ਹੋਰ ਲਾਣਾ ਸੀ 35 ਜੀ ਸੱਚੀ ਪੁੱਛਦੇ ਹੋ ਹੁਣ ਮੈਂ ਆਪਣੇ ਅੱਬੇ ਦਾ ਵੀ ਨਾਲ ਨਾਮ ਪਹਿਲਾਂ ਇਹਨਾਂ ਦਾ ਮੁੱਲ ਦਾ 2,25,000 ਜ਼ਿੰਦਾਬਾਦ 2,25,000 2,25,000 ਖੀਰੀ ਪਹਿਲਾਂ ਵੱਛੀ ਮਾਸ਼ਾਅੱਲਾ ਜੀ ਚੰਗੀ ਖੂਬਸੂਰਤ ਚੀਜ਼ ਦੇ ਪਿੱਛੇ ਦੇ ਬੱਚਾ ਵੇ ਨਸਲ ਕੀ ਸੂਬੇਦਾਰ ਸਾਹਿਬ ਦੱਸਣੀ ਹੈ ਦੋਸਤ ਉਹਦੀ ਫੈਸਲਾ ਕਰ ਲੈ ਜਰਸੀ ਤੇ ਫਰੀਜ਼ੀਅਨ ਦੇਖੋ ਜਰਸੀ ਤੇ ਫਰੀਜ਼ੀਅਨ ਕ੍ਰਾਸ ਮਾਸ਼ਾਅੱਲਾ ਜੀ ਕੋਈ ਧੁੰਨੀ ਨਹੀਂ ਕੋਈ ਆ ਧੁੰਨੀ ਹੈ ਨਹੀਂ ਕੋਈ ਪੰਨ ਨਹੀਂ ਠੀਕ ਹੈ ਜੀ ਨਸਲ ਚੰਗੀ ਅੱਗੇ ਆ ਗਈ ਮਾਸ਼ਾਅੱਲਾ ਜੀ ਨੰਬਰ 2 ਤੇ ਆ ਗਈ ਟੋਰਿਓ ਜੀ ਗੱਬਾ ਨੇ ਸੁਬੇਦਾਰ ਸਾਹਿਬ ਕਿਨਵਾ ਸੁਹਾ ਨੇ ਸੁਣਿਆ ਸੁਬਾ ਦੂਸਰਾ ਭਾਈ ਲੰਮੀ ਟੁਰ ਕੇ ਲੈ ਚਲੋ ਜੀ ਨੰਬਰ ਆ ਗਈ 2 ਤੇ ਗੱਬਾ ਨੇ ਸੁਬਾ ਦੂਸਰਾ ਸੁਣਿਆ ਸੋਹਣੇ ਮੁੱਠੀ ਤਨ ਲੱਗੇ ਨੇ ਐ ਲੈ ਕੱਚੀ ਹੈ ਪੁੱਠਾ ਵੀ ਦੋਸਤਾਂ ਵੇਖ ਲੈਣਾ ਮਾਸ਼ਾਅੱਲਾ ਜੀ ਚੰਗਾ ਚੋੜਾ ਮੱਝਾਂ ਦਾ ਲੇਖਾ ਪੁੱਠਾ ਵੇ ਦਿਨ ਕਿੰਨੇ ਕੁ ਲੈ ਰਹੀ ਹੈ ਸੁਬੇਦਾਰ ਸਾਹਿਬ ਖਿਲਾ ਰਹੇ ਹੋ ਜੀ ਹਾਈਟ ਦੀ ਪੂਰੀ ਹੈ ਹਾਈਟ ਦੋਸਤਾਂ ਵੇਖ ਲੈਣੀ ਹੈ ਚਿਹਰਾ ਵੀ ਦੋਸਤਾਂ ਵੇਖਣਾ ਮਾਸ਼ਾਅੱਲਾ ਜੀ ਦਿਨ ਤਕਰੀਬਨ 3-4 ਲੈਂਦੀ ਹੈ ਵੀ ਸੁਬਾ ਦੂਸਰਾ ਸੁਣਿਆ ਨੰਬਰ 2 ਤੇ ਚੈੱਕ ਕਰਾਉਂਦੇ ਆ ਮਾਸ਼ਾਅੱਲਾ ਜੀ ਐ ਚੈੱਕ ਕਰੋ ਜੀ ਲਿਬਾਸ ਵੀ ਦੋਸਤਾਂ ਵੇਖ ਲੈਣਾ ਜੀ ਸੋਹਣੇ ਮਾਲਕ ਦੇ ਕਰਨ ਫਿਰ ਫਰਾਜ਼ ਸਾਹਿਬ ਮੇਰਾ ਸੋਹਣੇ ਮਾਲਕ ਆਉਂਦੇ ਆਣ ਕੇ ਪਹਿਲੇ ਪਹਿਲਾਂ ਯਕੀਨ ਹੋ ਗਿਆ ਜਰਸੀ ਦੇ ਪਹਿਲਾਂ ਦੁੱਧ ਦੇਂਦੀ ਰਹੀ ਜੇ 15-16 ਕਿਲੋ ਠੀਕ ਹੈ ਤੇ ਇਸ ਵਾਰੀ ਉਹ ਬਾਬਾ ਦਾ ਹੀ ਜ਼ਿਆਦਾ ਦੇਗੀ ਦੁੱਧ ਇਨਸ਼ਾਅੱਲਾ ਜੀ ਬਿਹਤਰ ਹੋ ਗਿਆ ਮਾਸ਼ਾਅੱਲਾ ਜੀ ਇਹ ਵੀ ਸਾਊ ਹੈ ਠੀਕ ਹੈ ਭਾਈ ਪਤਾ ਅਗਲੇ ਆਓ ਕੀ ਨਸਲ ਦੇ ਸੀ ਜਰਸੀ ਸ਼ਰਾਫਤ ਵੀ ਦੋਸਤਾਂ ਚੈੱਕ ਕਰਾਈਏ ਹੈ ਵੀ ਸਾਊ ਹੈ ਦਿਨ ਤਕਰੀਬਨ ਕੋਈ 4-5 ਲੈਂਦੀ ਵੀ ਥਾਣਾ ਦੀ ਵੰਡ ਵੀ ਦੋਸਤਾਂ ਵੇਖਣੀ ਮਾਸ਼ਾਅੱਲਾ ਜੀ ਤੇ ਥਾਣ ਲੱਗੇ ਵੀ ਸੋਹਣੇ ਮੁੱਠੀ ਨੇ ਜਿੰਨੀ ਆਪੀ ਮਾਸ਼ਾਅੱਲਾ ਜੀ ਸੋਹਣਾ ਲਿਬਾਸ ਕਰੇ ਦੀ ਹਲੇ ਜੀ ਸੁਬੇਦਾਰ ਸਾਹਿਬ ਕੀ ਰੇਟ ਹੈ ਜੀ ਵੈਟ ਨੰਬਰ 2 ਦਾ 2,35,000 ਜ਼ਬਰਦਸਤ ਅੱਗੇ ਵੀ ਮਾਸ਼ਾਅੱਲਾ 3-4 ਵੀਡੀਓ ਤੁਸੀਂ ਬਣਵਾਈਆਂ ਨੇ ਦੋਸਤਾਂ ਵੀ ਕਾਫੀ ਪਸੰਦ ਕੀਤੀਆਂ ਨੇ ਵੀਡੀਓ ਅੱਜ ਵੀ ਇਨਸ਼ਾਅੱਲਾ ਯਾਦਗਾਰ ਹੋਏ ਜੀ ਮੈਂ ਦੋਸਤਾਂ ਭਰਾ ਯਕੀਨ ਕਰੋ ਕਿ ਬਲਾਲ ਦਾ ਜੱਬਾ ਮੇਰੀ ਜਾਨ ਹੀ ਛੁੱਟਦੀ ਹੈ ਇੱਕ ਗਾਂ ਨੂੰ 5-5 ਬੰਦੇ ਮੰਗਦੇ ਆ ਮਾਸ਼ਾਅੱਲਾ ਜੀ ਨਸਲ ਚੰਗੀ ਗਾਂ ਚੰਗੀ ਕੀਮਤ 2,35 ਅੱਗੇ ਆ ਗਈ ਮਾਸ਼ਾਅੱਲਾ ਜੀ ਨੰਬਰ 3 ਤੇ ਆ ਗਈ ਹੈ ਬਰੀਕ ਚਿਹਰਾ ਲੰਬਾਈ 'ਚ ਕ੍ਰਾਸ ਬਰੀਡ ਮਾਸ਼ਾਅੱਲਾ ਜੀ ਥਣ ਵੀ ਸੋਹਣੇ ਗੱਬਣ ਨੇ ਸੁਬੇਦਾਰ ਸਾਹਿਬ ਕਿਨਵਾ ਸੁਬਾ ਨੇ ਸੁਣਿਆ ਸੁਬਾ ਦੂਸਰਾ ਮਾਸ਼ਾਅੱਲਾ ਜੀ ਸੋਹਣਾ ਮੈਦਾਨ ਲਾਉਂਦੀ ਹੈ ਵੀ ਲਿਬਾਸ ਵੀ ਦੋਸਤਾਂ ਵੇਖਣਾ ਪਿਆਰ ਬੇਥੇ ਖਿਲਾਰ 6 ਦਾਨ ਦੇ ਮਾਸ਼ਾਅੱਲਾ ਜੀ ਦਿਨ ਕਿੰਨੇ ਖਿਲਾਰੀ ਹੈ ਜ਼ਿੰਦਾਬਾਦ ਕੀ ਨਸਲ ਹੈ ਸੂਬੇਦਾਰ ਸਾਹਿਬ ਦੀ ਫਰੀਜ਼ੀਅਨ ਤੇ ਚੁਲਸਤਾਨੀ ਵਿੱਚ ਥਿਮ ਜੇ ਚੁਲਸਤਾਨੀ ਦੇ ਨੇ ਧੁਨੀ ਤੇ ਵੈਸੇ ਨਹੀਂ ਹੈ ਲੇਕਿਨ ਕ੍ਰਾਸ ਚੁਲਸਤਾਨੀ ਦਾ ਵਿੱਚ ਕੁਛ ਹੈ ਵੇ ਨਸਲ ਚੰਗੀ ਹੈ ਮਜ਼ਬੂਤ ਕ੍ਰਾਸ ਹੈ ਗਰਮੀਆਂ 'ਚ ਗਰਮੀ ਵੀ ਨਹੀਂ ਕਰੇਗੀ ਜਿਹੜਾ ਦੁੱਧ ਇਨਸ਼ਾਅੱਲਾ ਉਹ ਵੀ ਫੈਟ ਵਾਲਾ ਹੋਏਗਾ ਇਹ ਵੀ ਚੁੰਗੀ ਹੈ ਬਰੀਕ ਚਿਹਰਾ ਵੇ ਇਹ ਵੀ ਸਾਊ ਮਾਸ਼ਾਅੱਲਾ ਜੀ ਅਤੇ ਇਹ ਚੈੱਕ ਕਰੋ ਜੀ ਲਿਬਾਸ ਸੋਹਣਾ ਵੀ ਜਗ੍ਹਾ ਆਵੇ ਕਾਫੀ ਮਾਸ਼ਾਅੱਲਾ ਜੀ ਬਾਈ ਲੰਮੀ ਟੁਰ ਕੇ ਖੜੇ ਹੋ ਜ਼ਰਾ ਟੋਰ ਵੀ ਦੋਸਤਾਂ ਵੇਖ ਇਹ ਮਾਸ਼ਾਅੱਲਾ ਜੀ ਮਾਸ਼ਾਅੱਲਾ ਜੀ
2,45,000 ਨੰਬਰ 3 ਤੇ ਚੈੱਕ ਕਰਾਈਏ ਕੀਮਤ ਡਿਮਾਂਡ 2,45,000 ਜ਼ਿੰਦਾਬਾਦ ਐਂਗੀਆਂ ਵੈੜੀਆਂ ਨੇ ਮੇਰਾ ਭਰਾ ਕਈ ਮੁੱਲ ਲਾਉਂਦੇ ਨੇ 3,50,000 ਜੀ ਜੀ 3,00,000 ਯਕੀਨ ਕਰੋ 2,45,000 ਇਹਦਾ ਕੋਈ ਮੁੱਲ ਨਹੀਂ ਜੀ ਜ਼ਬਰਦਸਤ ਮਾਸ਼ਾਅੱਲਾ ਜੀ ਅੱਗੇ ਆ ਗਈ ਹੈ ਜੀ ਵੈੜ ਨੰਬਰ 4 ਆ ਗਈ ਪਿਆਰੇ ਭੇਤ ਖਿਲਾ ਰਹੇ ਜੀ ਮਾਸ਼ਾਅੱਲਾ ਜੀ ਥਾਣਾ ਦੀ ਵੰਡ ਦੋਸਤਾਂ ਵੇਖ ਲੈਣੀ ਇਹਨੂੰ ਫਸਟ ਚੈੱਕ ਕਰਨੀ ਹੈ ਜੀ ਸੂਬੇਦਾਰ ਸਾਹਿਬ ਸੁਬਾਹ ਕਿੰਨਵੇਂ ਦਾ ਇਹ ਪਹਿਲਨ ਮਾਸ਼ਾਅੱਲਾ ਪਹਿਲਨ ਵੈੜ ਮਾਸ਼ਾਅੱਲਾ ਜੀ ਥਾਣੇ ਦੋਸਤਾਂ ਵੇਖ ਲੈਣ ਟੋਰੇ ਭਾਈ ਜਾਨ ਕਿੰਨੇ ਦਾਂਦੇ ਸੂਬੇਦਾਰ ਸਾਹਿਬ ਹੈ ਇਹ ਮੂੰਹ ਚੌਕੀ ਜਾਈਏ 4 ਦਾਂਦੇ ਮਾਸ਼ਾਅੱਲਾ ਜੀ ਥਾਣਾ ਦੀ ਵੰਡ ਵੀ ਦੋਸਤਾਂ ਵੇਖ ਲੈਣੀ ਹੈ ਦਿਨ ਕਿੰਨੇ ਕਿਲਾ ਰਹੀ ਹੈ ਤਕਰੀਬਨ 5 ਕੁ ਦਿਨ ਲੈਂਦੀ ਹੈ ਬਈ ਸੁਬਾਹ ਪਹਿਲਾਂ ਸੁਣਿਆ 4 ਦਾਂਦੇ ਤੇ ਨੰਬਰ 4 ਤੇ ਚੈੱਕ ਕਰਾਉਂਦੇ ਹਾਂ ਮਾਸ਼ਾਅੱਲਾ ਜੀ ਪ੍ਰਿੰਟ ਵੀ ਜ਼ਬਰਦਸਤ ਹੈ ਚਿਹਰੇ ਦੀ ਖੂਬਸੂਰਤੀ ਵੇਖਣੀ ਹੈ ਮਾਸ਼ਾਅੱਲਾ ਜੀ ਇਹ ਚੈੱਕ ਕਰੋ ਜੀ ਤੇ ਥਾਣਾ ਦੀ ਵੰਡ ਵੇਖਣੀ ਪਹਿਲਾਂ ਹੋ ਗਏ ਥਾਣ ਵੀ ਸੋਹਣੇ ਮਾਸ਼ਾਅੱਲਾ ਜੀ ਅੰਬਰ ਆਪਣਾ ਪਾਲਾ ਲਾਂਦਾ ਜੀ ਅੰਬਰ ਆਪਣਾ ਪਾਲਾ ਲਾਂਦਾ ਜੀ 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 ਅੰਬਰ ਵੀ ਮਾਸ਼ਾਅੱਲਾ ਖਿਲਾੜੀ ਆਦਮੀ ਹੈ ਠੀਕ ਭਾਈ ਲੈ ਚਲੋ ਜੀ ਲੰਮੀ ਢੋਰ ਕੇ ਲੈ ਚਲੋ ਲਾਮ ਰਵੇਲ ਵੀ ਦੋਸਤਾਂ ਚੈੱਕ ਕਰ ਲੈਣੀ ਹੈ ਪੂਥੀ ਫਰਾਸਾ ਦੇ ਕੋਈ ਨਕੀ ਜੀ ਮਾਸ਼ਾਅੱਲਾ ਜੀ ਚਿਹਰਾ ਵੀ ਪੂਰਾ ਜਿਹਾ ਤੇ ਪੂਰੀ ਨਫਾਸਤ ਵਿੱਚ ਮਾਸ਼ਾਅੱਲਾ ਜੀ ਜਸਾਮਤ ਪਿਆਰੀ ਹੈ ਜੀ ਕੀਮਤ ਹੈ ਸੂਬੇਦਾਰ ਸਾਹਿਬ ਦੀ ਬਾਈ ਤੁਸੀਂ ਲਿਆਓ ਨੰਬਰ 5 ਵਾਲੀ 2,55,000 ਜੀ ਬਿਹਤਰ ਹੋ ਗਿਆ ਨੰਬਰ 4 ਤੇ ਚੈੱਕ ਕਰਾਈਏ ਕੀਮਤ ਡਿਮਾਂਡ 2,55,000 ਵੇਖੋ ਮੂੰਹ ਕੈਸਾ ਸੋਹਣਾ ਤੇ ਠੀਕ ਹੈ ਜੀ ਅੱਗੇ ਬਾਈ ਲਿਆਓ ਜੀ ਨੰਬਰ 5 ਵਾਲੀ ਕੀ ਨਸਲ ਹੈ ਸੂਬੇਦਾਰ ਸਾਹਿਬ ਦੀ ਤੁਸੀਂ ਦੱਸੋ ਮਾਸ਼ਾਅੱਲਾ ਸਹੀ ਦੱਸਦੇ ਹੋ ਮਾਸ਼ਾਅੱਲਾ ਸੋਹਣੀ ਜਰਸੀ ਤੇ ਫਿਰ ਚਮਕ ਵੇਖੋ ਫਰਾਜ਼ ਸਾਹਿਬ ਮਾਸ਼ਾਅੱਲਾ ਜੀ ਵਿੱਚ ਕ੍ਰਾਸ ਹੈ ਵੇ ਕ੍ਰਾਸ ਤੇ ਥੋੜਾ ਬਹੁਤ ਹੋ ਸਕਦਾ ਜੀ ਠੀਕ ਹੈ ਅੱਗੇ ਬਾਈ ਲਿਆਓ ਜੀ ਨੰਬਰ 5 ਵਾਲੀ ਅੱਗੇ ਆ ਗਈ ਮਾਸ਼ਾਅੱਲਾ ਜੀ ਨੰਬਰ 5 ਤੇ ਲਿਆਓ ਬਾਈ ਅਮਰ ਇਹ ਚੈੱਕ ਕਰਾਣੀ ਹੈ ਹਾਈਟ ਵੇਖਣੀ ਹੈ ਜਸਮ ਚੰਗੀ ਮਾਸ਼ਾਅੱਲਾ ਜੀ ਉਧਰ ਲੈ ਚਲੋ ਜਿਥੋਂ ਲਿਆਂਦੀ ਜੀ ਉੱਥੇ ਲੈ ਚਲੋ ਕੀ ਨਸਲ ਹੈ ਸੂਬੇਦਾਰ ਸਾਹਿਬ ਦੀ ਮਾਸ਼ਾਅੱਲਾ ਜੀ
ਸਮਝ ਚੰਗੀ ਹੈ ਮਾਸ਼ਾਅੱਲਾ ਜੀ। ਫਰੀਜ਼ੀਅਨ ਤੇ ਚੁਲਸਤਾਨੀ ਕਰਾ ਸੇ, ਮਜ਼ਬੂਤ ਕਰਾ ਸੇ ਮਾਸ਼ਾਅੱਲਾ ਜੀ। ਨੰਬਰ 5 ਤੇ ਚੈੱਕ ਕਰਾਨੇ ਆਪੇ। ਠੀਕ ਭਾਈ, ਜ਼ਰਾ ਲੰਮੀ ਟੋੜ ਕੇ ਲੈ ਚਲੋ। ਕੀ ਰੇਟ ਹੈ ਸੂਬੇਦਾਰ ਸਾਹਿਬ ਦਾ? ਰੇਟ ਫਰਾਜ਼ ਸਾਹਿਬ ਇਹਦਾ 2,65,000। 2,65,000 ਤਿੰਨ ਤੂਨ ਨਾਲੇ ਕੋਨੀ ਕੰਮ, 3.5 ਤੂਨ ਨਾਲੇ ਸਿਰਫ ਹੈ 2,00,000 ਦੇ ਅੱਗੇ ਪਿੱਛੇ। ਜੀ ਬਿਹਤਰ ਹੋ ਗਿਆ ਜੀ। ਸੂਆ ਲਾ ਕੇ ਵੀ ਜਾ ਤੇ ਗਾਂ, ਫਿਰ ਇੰਨੇ ਰੇਟ ਤੋਂ ਵੱਧ ਜਾਂਦੀ ਮੇਰੇ। ਜ਼ਿੰਦਾਬਾਦ। ਅੱਗੇ ਭਾਈ ਲਿਆਓ ਜੀ ਨੰਬਰ 6 ਵਾਲੀ। ਅੱਗੇ ਆ ਗਈ ਮਾਸ਼ਾਅੱਲਾ ਜੀ ਨੰਬਰ 6 ਤੇ ਆ ਗਈ ਹੈ ਵੀ ਗੱਬਣੇ ਜੀ। ਜੀ ਇਹ ਚੈੱਕ ਕਰੋ ਮਾਸ਼ਾਅੱਲਾ ਜੀ, 20-25 ਦਿਨ ਕੱਢ ਦੀਜੀਏ। ਹੈ ਕੱਚੀ ਲੇਕਿਨ ਚੰਗਾ ਮਾਸ਼ਾਅੱਲਾ ਜੀ, ਬਾਡੀ ਸਕੋਰ ਚੰਗੀ, ਨਸਲ ਵੀ ਚੰਗੀ। ਠੀਕ ਹੈ, ਸੋਵਾ ਕਿਨਵਾਂ ਨੇ ਸੁਣਾ? ਇਹ ਹੁਣ ਦੂਸਰਾ ਸੋਵਾ ਸੁਣ। ਸੋਵਾ ਦੂਸਰਾ ਸੁਣਾ ਮਾਸ਼ਾਅੱਲਾ ਜੀ। ਨੰਬਰ 6 ਤੇ ਚੈੱਕ ਕਰਾਨੇ ਆਪੇ, ਤਕਰੀਬਨ 20-25 ਦਿਨ ਲੈਂਦੀ ਹੈ ਵੀ। ਇਹ ਚੈੱਕ ਕਰੋ ਮਾਸ਼ਾਅੱਲਾ ਜੀ, ਪੁੱਠਾ ਵੀ ਦੋਸਤਾਂ ਵੇਖ ਲੈਣਾ ਭਾਈ, ਖਿਲਾ ਰਹੇ ਹੋ ਹੱਥੇ ਜ਼ਰਾ, ਤੁਹਾਨੂੰ ਵੀ ਦੋਸਤਾਂ ਚੈੱਕ ਕਰਾਉਣ ਦਿਓ ਜੀ। ਇਹ ਮਾਸ਼ਾਅੱਲਾ ਜੀ, ਤੁਹਾਨੂੰ ਵੀ ਦੋਸਤਾਂ ਵੇਖ ਲੈਣੇ ਨੇ। ਠੀਕ ਭਾਈ, ਇਹਦਾ ਚਿਹਰਾ ਵੀ ਸਾਹਮਣੇ ਕਰੇ। ਇਹ ਮਾਸ਼ਾਅੱਲਾ ਜੀ, ਚਿਹਰਾ ਵੀ ਦੋਸਤਾਂ ਵੇਖ ਲੈਣਾ। ਠੀਕ, ਤੋਰੋ ਭਾਈ ਜਾਨ। ਚੰਗਾ ਫਿਰ ਪਾਲ, ਚੰਗਾ ਫਿਰ ਪੂਰੀ ਭਲੀ ਹੈ ਮਾਸ਼ਾਅੱਲਾ ਜੀ, ਲਾਮ ਵੀ ਕਾਫੀ ਹੈ, ਹੈ ਲੇ ਕੱਚੀ ਦਿਨ ਤਕਰੀਬਨ 20-25 ਲੈਂਦੀ ਹੈ ਮਾਸ਼ਾਅੱਲਾ ਜੀ, ਬਾਡੀ ਸਕੋਰ ਵੀ ਚੰਗਾ ਹੋਵੇ। ਕੀ ਨਸਲ ਹੈ ਸੂਬੇਦਾਰ ਸਾਹਿਬ ਦੀ? ਇਹਦੀ ਚੋਲਸਤਾਨੀ ਤੇ ਜੱਸੀ, ਕੋਈ ਫਰੀਜ਼ਨ ਕਰਾਸ ਹੈ ਦੇ ਵੱਡੇ ਘਰ ਦੀ। ਕੀ ਕੀਮਤ ਹੈ ਜੀ ਇਹਦੀ? ਇਹਦੀ ਕੀਮਤ ਹੈ ਫਰਾਜ਼ ਸਾਹਿਬ, ਸਿਰਫ ਹੈ ਜਿਹੜੇ 20-25 ਦਿਨ ਪੱਠੇ ਖਾਂਦੀ ਹੈ ਨਾ ਇਹਦੀ ਵਜ੍ਹਾ ਤੋਂ, ਅਗਰ 1 ਆਈ ਹੁੰਦੀ ਤਾਂ 3.5-3.75 ਹੋਣਾ ਸੀ। ਠੀਕ ਹੈ, ਲੇਕਿਨ ਵਪਾਰੀ ਬੰਦਾ ਤੁਹਾਨੂੰ ਪਤਾ ਪੱਠੇ ਨਹੀਂ ਪਾ ਸਕਦਾ ਇੰਨੇ ਦਿਨ, ਬੜੇ ਮੁਸ਼ਕਲ ਨੇ ਪਾਉਣੇ। ਇਹਦਾ 2,15,000 ਰੁਪਈਆ। 2,15,000? ਯਕੀਨ ਕਰੋ ਕਿ ਮੁੱਲ ਕੋਈ ਬੰਦਾ ਮੰਨਦਾ ਨਹੀਂ ਕਿ ਇਹ ਮੁੱਲ ਇਸ ਗਾਂ ਦਾ, ਸਿਰਫ 20-25 ਦਿਨ ਪੱਠੇ ਪਾਉਣੇ ਨੇ, ਉਹ ਵਪਾਰੀ ਨਹੀਂ ਪਾ ਸਕਦੇ। ਯਾਨੀ ਕਿ ਜਿਹਨੇ ਸੇਵਾ ਕਰਨੀ ਮੇਵਾ ਉਹਨੇ ਲੈ ਲੈਣਾ ਚੰਗੀ ਮਾਸ਼ਾਅੱਲਾ ਜੀ ਨਸਲੀ ਚੀਜ਼ ਦੀ ਕੀਮਤ 2,15,000। ਅੱਗੇ ਲਿਆਓ ਜੀ ਅੱਜ ਦੀ ਵੀਡੀਓ ਦਾ ਬ੍ਰਾਂਡ ਮਾਸ਼ਾਅੱਲਾ ਜੀ। ਇਹ ਚੈੱਕ ਕਰੋ ਹਾਂ, ਜਾ ਦੀ ਕੀ ਬੱਚਾ ਦਿੱਤਾ ਸੁ ਬੱਚਾ। ਇਹ ਮਾਸ਼ਾਅੱਲਾ ਜੀ ਟੋਰੇ ਭਾਈ ਜਾਨ, ਇਹ ਪਿਛਲੀ ਵੀਡੀਓ 'ਚ ਗੱਬਨ ਸੀ, ਹੁਣ ਹੀ ਸੂਈ ਹੈ। ਕਿੰਨੀ ਕੁ ਦੇਰ ਪਹਿਲੇ ਸੂਈ ਸੁਬੇਦਾਰ ਸਾਹਿਬ? ਇਹਨੂੰ ਕੋਈ 1.5 ਘੰਟਾ ਹੋ ਗਿਆ ਸੂਈ। ਚੁਆਈ ਲੈ ਕਰਨੀ ਹੈ, ਪਾਸ ਪੂਸ ਕੀਤੀ ਤੇ ਮੈਂ ਆਖਾਂ ਨਾ ਚੋੜੀ ਤੇ ਚੋਈ ਕੋਈ ਜੋ ਇਹ ਥਣ ਕਲੀਅਰ ਨੇ, ਚੁਆਈ ਲੈ ਦੀ ਹੋਣੀ ਹੈ। ਸੁਆ ਕਿਨਵਾ ਸੂਈ ਹੈ ਜੀ? ਸੁਆ ਦੂਸਰਾ ਸੂਈ ਹੈ ਜੀ ਜੀ। ਜਾ ਨੂੰ ਪਲਾ ਕੇ ਥਣ ਕਲੀਅਰ ਕੀਤੇ ਨੇ। ਆ ਚੈੱਕ ਕਰੋ ਜੀ, ਕੁਛ ਘੰਟਿਆਂ ਦਾ ਜਾ ਆਵੇ, ਵੱਛਾ ਆਵੇ ਤੇ ਜਾ ਦੋਸਤਾਂ ਵੇਖਣੇ ਆ ਜੀ, ਜਿਵੇਂ ਤਕਰੀਬਨ ਕੋਈ 15-20 ਦਿਨਾਂ ਦਾ। ਇਹ ਉਹਨਾਂ ਕੀ ਕੀ ਕਹਿ ਜਾਂਦੇ ਆ ਬੱਚੇ ਦਾ ਲਵਾਇਆ, ਇਹ ਬੱਚੇ ਨੇ ਜਿਹੜੇ 9-9 ਤੇ 10-10 ਲੱਖ ਦੇ ਵੇਖਦੇ ਨੇ ਕੁਰਬਾਨੀ ਦੇ। ਮਾਸ਼ਾਅੱਲਾ ਜੀ, ਇਹ ਬੱਚਾ ਚੈੱਕ ਕਰੋ ਹਾਂਜੀ, ਇਹ ਕੁਛ ਘੰਟਿਆਂ ਦਾ ਚਿਹਰਾ ਵੀ ਸਾਹਮਣੇ ਕਰੇ ਸੂਬੇਦਾਰ ਸਾਹਿਬ, ਤੇ ਇੰਜ ਲੱਗਦਾ ਜੋ 2 ਮਹੀਨਿਆਂ ਦਾ। ਇਹ ਮਾਸ਼ਾਅੱਲਾ ਜੀ, ਚੰਗਾ ਸਿਹਤਮੰਦ। ਇਹ ਕੱਚਾ ਨਾੜੂ ਸਾਹਮਣੇ ਨਜ਼ਰ ਆਉਂਦਾ ਪਿਆ, ਦੋਸਤਾਂ ਵੀ ਚੈੱਕ ਕਰਨਾ ਸੂਬੇਦਾਰ ਸਾਹਿਬ ਦਾ ਚਿਹਰਾ ਵੀ ਸਾਹਮਣੇ ਕਰਿਓ ਹਾਂਜੀ। ਇਹ ਚੈੱਕ ਕਰੋ ਹਾਂ, ਮਾਸ਼ਾਅੱਲਾ ਜੀ, ਪੂਰਾ ਬਰੀਡਰ ਜੀ, ਦੁੱਧ ਪੀਂਦਾ ਜੀ, ਕੀ ਬਾਤ, ਮਾਸ਼ਾਅੱਲਾ, ਭੁੱਖ ਜਾਂ ਕੋਈ ਰੋਗ ਨਹੀਂ ਤੇ ਨਾ ਕੋਈ ਦੁੱਖ ਹੈ। ਠੀਕ, ਆਮਰ ਸਾਹਿਬ ਦਾ ਚਿਹਰਾ ਵੀ ਸਾਹਮਣੇ ਕਰੇ, ਤੂੰ ਤਾਂ ਗੁਰਬਤ ਨਹੀਂ ਵੇਖੀ, ਹਾਂ ਵੇਖੀ ਹੈ ਛੋਟੇ ਕਦੀ, ਅੱਜ ਤੋਂ ਪਹਿਲਾਂ ਨਾ ਕੋਈ 40-50 ਸਾਲ ਰੋਟੀ ਨਾ ਲੱਭਣੀ ਕਹੀ, ਤਾਂ ਕਿਸੇ ਦਾ ਪੱਠੇ ਵੱਢਣ ਜਾਓ ਜਾਂ ਕਣਕ ਵੱਢਣ ਜਾਣਾ ਕਰਨਾ, ਤਾਂ ਆਖਣਾ ਰੋਟੀ ਰੱਜ ਕੇ ਤਰਾਈ ਲੱਭੇਗੀ ਨਾ, ਤਾਂ ਕੀ ਕਹਿ ਗੱਲ ਜੇ ਸਾਰੇ ਇੰਜ ਹੁੰਦੇ ਹਨ, ਮੈਂ ਆਖਾਂ ਕਿ ਨਹੀਂ ਜੀ ਜੀ, ਅਤੇ ਤੂੰ ਤਾਂ ਨਹੀਂ ਵੇਖੀ, ਵੇਖੋ ਉਹ ਭੁੱਖ ਯਾਦ ਆਉਂਦੀ ਹੈ, ਵੇਖੋ ਇਹ ਚੱਕ ਹੈ ਨਹੀਂ। ਠੀਕ, ਦੇਖ ਮਾਸ਼ਾਅੱਲਾ ਜੀ। ਆਮਰ ਸਾਹਿਬ ਇੱਥੇ ਖਿਲਾਰ ਨਹੀਂ, ਲਾਮਤ ਹੀ ਕਾਫੀ ਹੈ, ਵੱਡੀ ਜਸਾਮਤ ਹੈ, ਪਹਿਲਵਾਨ ਚੀਜ਼ ਹੈ, ਅੱਜ ਦੀ ਵੀਡੀਓ ਦਾ ਬ੍ਰਾਂਡ ਹੀ ਹੈ, ਤੋਹਫਾ ਹੀ ਮਾਸ਼ਾਅੱਲਾ ਜੀ, ਕਿੱਡੀ ਜਸਾਮਤ ਹੈ ਭਾਈ, ਇਹਦਾ ਚਿਹਰਾ ਸਾਹਮਣੇ ਕਰੋ ਜੀ, ਕੰਨ ਐਵੇਂ ਛੋਟੇ ਛੋਟੇ ਨੇ, ਪਿਛਲੀ ਵੀਡੀਓ 'ਚ ਵੀ ਚੈੱਕ ਕਰਾਈ ਸੀ, ਉਦੋਂ ਗੱਬਨ ਸੀ ਮਾਸ਼ਾਅੱਲਾ ਜੀ। ਇਹ ਬੋਦੀ ਵੀ ਦੋਸਤਾਂ ਵੇਖ ਲੈਣੀ ਹੈ, ਟੋਰਿਓ ਭਾਈ ਜ਼ਰਾ ਲੰਮੀ ਟੋਰ ਕੇ ਲਿਆਓ।
ਚੰਗਾ ਚੌਰਸ ਲਿਬਾਸ ਹੈ, ਪੁੱਠਾ ਵੀ ਦੋਸਤਾਂ ਵੇਖਣਾ ਮਾਸ਼ਾਅੱਲਾ ਜੀ। ਇਹ ਚੈੱਕ ਕਰੋ ਜੀ, ਪੂਰੀ ਨਵਾਬਾਂ ਵਾਲੀ ਟੋਰ ਹੈ, ਸ਼ਾਨਦਾਰ ਚੀਜ਼ ਹੈ ਅਤੇ ਹਰ ਵੀਡੀਓ 'ਚ ਇਹੋ ਜਿਹਾ ਜਾਨਵਰ ਸ਼ਾਮਿਲ ਨਹੀਂ ਹੁੰਦਾ। ਥਾਣੇਦਾਰਾ ਦੋਸਤਾਂ ਨੂੰ ਥੱਲਿਓਂ ਚੈੱਕ ਕਰਾ ਦਿੰਦੇ ਆ ਜੀ। ਸੂਬੇਦਾਰ ਸਾਹਿਬ ਕੀ ਰੇਟ ਜੀ ਅੱਜ ਹੈਰਾਨ ਕਰਨ? ਮੈਂ ਥੋੜਾ ਮੇਰਾ ਦਿਲ ਵੀ ਕਰਦਾ ਥੋੜਾ ਟੋਰ ਕੇ ਫੇਰ ਲਿਆ ਬਾਈ, ਟੋਰ ਕੇ ਜਾ ਰਹੇ ਦੋ ਭੈਣ ਜੀ, ਜ਼ਰਾ ਲੰਮੀ ਟੋਰ ਕੇ ਲਿਆ, ਲੰਮੀ ਬਾਈ ਟੋਰ ਕੇ ਖੜੇ ਹੋ ਜ਼ਰਾ। ਅਲੀ ਅਸਲ ਜਾਏ ਮੋਟਾ ਅਲੀ ਕੋ ਚੁੱਕਿਆ ਗੱਡੀ ਕਰੀ ਕੇ ਜਾ ਚੁੱਕ ਲੈਦਾ ਇਧਰ ਲਿਆ ਇਧਰ 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 ਬਾਈ, ਜ਼ਰਾ ਲੰਮੀ ਟੋਰ ਕੇ ਲਿਆਓ ਜੀ। ਤੁਹਾਡਾ ਸਭ ਦਾ ਸਭ ਤੇਰਾ ਸਾਹ ਆ ਚੱਕਰ ਹੋ ਮਸ਼ਾ ਜ਼ਿੰਦਾਬਾਦ। ਫੋਨ ਕਰਕੇ ਚਲੋ, ਜਿਹੜੇ ਦੋਸਤ ਨੂੰ ਨਸਲ ਦਾ ਨਾ ਪਤਾ ਲੱਗਾ ਤੇ ਆਸਮ ਡੋਗਰ ਸਾਹਿਬ ਨੂੰ ਕਾਲ ਕਰਕੇ ਪੁੱਛ ਲਾ। ਵੈਰੀ ਗੁੱਡ, ਮੇਰੇ ਪੁੱਤਰ ਨੂੰ ਪੁੱਛਿਓ, ਨਾਗਲੇ ਦਾ ਦੰਦ ਦੱਸੇਗਾ। ਠੀਕ ਹੈ, ਇਹ ਕੋਈ ਜ਼ਰੂਰੀ ਨਹੀਂ ਕਿ ਪੁੱਤਰ ਵੀ ਨਾਗਲੇ ਦਾ ਭਾਵੇਂ ਛੋਟਾ ਹੀ ਹੋਵੇ, ਲੇਕਿਨ ਕੰਮ ਜੇ ਜ਼ਿਆਦਾ ਸਮਝਦਾ ਹੋਵੇ ਤਾਂ ਬੰਦਾ ਇਹ ਆ ਕਿ ਨਹੀਂ ਇਹ ਪੁੱਤਰ ਨੂੰ ਵੀ ਪੁੱਛ ਲੈਣਾ ਚਾਹੀਦਾ, ਪੁੱਛ ਲੈਣਾ ਚਾਹੀਦਾ। ਟੋਰ ਭਾਈ ਜਾਨ ਜੀ, ਸੁਬੇਦਰ ਸਾਹਿਬ ਲਾਓ ਸੋਹਣਾ ਜਿਹਾ ਰੇਟ ਅੱਜ ਤੋਹਫੇ ਦਾ, ਤੋਹਫੇ ਦਾ ਰੇਟ ਲਾਓ, ਡੱਚ ਕਰਾਸ ਲੱਗਦੀ ਵੀ ਮੈਨੂੰ ਤੇ। ਹਾਂਜੀ, ਐਵੇਂ ਠੱਗਾਂ ਤੋਂ ਗੌਰ ਕੀਤਾ ਕਿ ਇਹ ਬੱਚੀ ਨਾਲ ਕਿੰਨੇ ਦਿਨ ਹੋ ਗਏ ਰੱਖਿਆ? ਬਹੁਤ ਦਿਨ ਹੋ ਗਏ, 25 ਦਿਨ ਹੋਣ ਡਏ ਨੇ ਜੀ। ਜੀ ਉਹ ਦੇਖੋ ਨਾ, ਸਾਰੀ ਜਿਹੜੀ ਆਉਂਦੀ ਕੋਈ 2000 ਲੱਭੇ, 3 ਲੱਭੇ, 4 ਲੱਭੇ, ਚੱਲ ਚੱਲ ਸੋ ਚੱਲ। ਲੇਕਿਨ ਇਹਨੂੰ ਕਿਉਂ ਦਿੰਦਾ? ਮੈਂ ਪੁੱਤਰ ਨੂੰ ਕਹਿੰਦਾ ਲਈ ਪੁੱਤਰ ਨਹੀਂ ਜੀ ਜੀ, ਉਂਝ ਮੈਂ ਪੁੱਤਰਾਂ ਦੀ ਕੋਈ ਦਿਲ ਤੇ ਖੁਸ਼ ਹੁੰਦਾ ਵੇਖ ਨਾਲ। ਚੀਜ਼ ਚੰਗੀ ਹੈ, ਚੀਜ਼ ਚੰਗੀ ਆ ਵੀ ਖੂਬਸੂਰਤ ਜੀ ਜੀ। ਕੀ ਰੇਟ ਹੈ ਸੁਬੇਦਰ ਸਾਹਿਬ ਦਾ? ਇਹਦਾ ਰੇਟ ਫਰਾਜ ਸਾਹਿਬ ਬਣਦਾ ਤੇ ਅਸੂਲਾਂ ਤੋਂ ਉਹਦੇ ਜਿਸ ਤਰ੍ਹਾਂ ਮੇਰੇ ਭਰਾ ਬਾਕੀ ਜਿੰਨੀਆਂ ਭੈਣਾਂ ਦਾ ਲਾਉਂਦੇ ਨੇ 7-7 ਤੇ 8-8 ਤੇ 9-9 ਠੀਕ ਹੈ, ਉਂਝ ਮੈਂ ਨਹੀਂ ਲਾਉਣਾ। ਮੈਂ ਇਹਦਾ ਰੇਟ ਲਾਵਾਂਗਾ, ਮੇਰੇ ਭਰਾ ਸੁਣ ਕੇ ਹੈਰਾਨ ਹੋਏ, 5,85,000 ਰੁਪਈਆ। 5,85,000 ਜੀ ਜੀ, ਜ਼ਿੰਦਾਬਾਦ ਮਾਸ਼ਾਅੱਲਾ ਜੀ। ਹਾਈਟ ਵੀ ਦੋਸਤਾਂ ਵੇਖ ਲੈਣੀ, ਰੇਟ ਵੀ ਚੈੱਕ ਕਰਨਾ, ਕੀਮਤ ਡਿਮਾਂਡ 5,85,000 ਚੰਗੀ ਨਾਮੀ ਗ੍ਰਾਮੀ ਚੀਜ਼ ਹੈ, ਵੱਡੀ ਜਸਾਮਤ ਹੈ, ਨੰਬਰ 7 ਤੇ ਚੈੱਕ ਕਰਾਈਏ, ਹੈ ਵੀ ਕਾਦਾਵਰ, ਲਾਮ ਵੀ ਬੜੀ ਹੈ ਮਾਸ਼ਾਅੱਲਾ ਜੀ। ਮਜ਼ੀਦ ਕੋਈ ਦੋਸਤਾਂ ਵਾਸਤੇ ਪੇਗਾ ਇਹ ਨਸਲਾਂ ਨੂੰ ਸ਼ਰਫਾ ਹਸਲ ਨੇ ਸੂਬੇਦਾਰ ਸਾਹਿਬ, ਮਜ਼ੀਦ ਕੋ ਦੋਸਤਾਂ ਵਾਸਤੇ ਪੇਗਾ ਪੇਗਾਮ ਫਰਾਸ ਦਾ ਦੂਜੇ ਰਾਤ ਵੀ ਉਹ ਬੈਠ ਗਿਆ ਆਈਆਂ ਨੇ 9 ਵਜੇ ਨਾ ਆਈਆਂ ਜੀ। ਅੱਛਾ, ਤੇ ਮੈਂ ਪੁੱਤਰ ਨੂੰ ਉਥੋਂ ਆਇਆ ਤੇ ਸਾਰੀਆਂ ਬੱਚੀਆਂ ਮਾਸ਼ਾਅੱਲਾ ਮੇਰੇ ਸੋਹਣੇ ਮਾਲ ਦੇ ਕਰਮ ਨਾਲ ਤੇ ਬਿਲਕੁਲ ਜਾਇਜ਼ ਮੁਨਾਸਬ ਰੇਟ ਰੱਖ ਕੇ ਉਹਨਾਂ ਦਿੱਤੀਆਂ ਹਨ ਮਾਸ਼ਾਅੱਲਾ। ਲਾਈ ਆਹੋ ਅੱਗੋਂ ਫਿਰ ਮੇਰੇ ਸੋਹਣੇ ਮਾਲਕ ਦੇ ਕਰਮ ਨਾਲ ਆ ਗਈਆਂ ਨੇ। ਤੇ ਫਰਾਜ਼ ਸਾਹਿਬ ਨੇਕ ਨੀਤੀ ਨਾਲ ਕੰਮ ਕਰੋ ਤੇ ਵੇਖੋ ਨਾ ਸਿਫਤ ਸਿਫਤ ਉਹ ਸੋਹਣੇ ਮਾਲਕ ਦੀ ਤੇ ਕਰਮ ਦੀ। ਵੇਖੋ ਮੈਂ ਵੇਖੋ ਨਾ ਪਟਵਾਰੀ ਰਹੋ ਸਾਹਿਬ ਨੇ ਸਿਫਤ ਕੀਤੀ ਹੈ ਨਾ, ਅੱਛੇ ਬੰਦੇ ਹਰ ਬੰਦਾ ਤਾਰੀਫ਼ ਤੇ ਸਿਫਤ ਕਰਦਾ। ਬਿਲਕੁਲ ਜੀ,
ਤੇ ਕਿਉਂ ਕੋਸ਼ਿਸ਼ ਕਰੋ, ਕੋਸ਼ਿਸ਼ ਕਰੋ ਕਿ ਬੰਦਾ ਦੁਨੀਆ ਤੋਂ ਚਲਾ ਵੀ ਜਾਏ ਨਾ, ਉਹਦਾ ਬਾਅਦ 'ਚ ਵੀ ਕੋਈ ਨਾਂ ਲੈਂਦੇ ਯਾਰ ਬਹੁਤ ਚੰਗਾ ਬੰਦਾ ਹੈ, ਬਹੁਤ ਚੰਗਾ। ਇਸ ਤਰ੍ਹਾਂ ਦੇ ਪੁੱਠੇ ਪੁੱਠੇ ਕੰਮ ਨਾ ਕਰੋ ਕਿ ਬੰਦਾ ਦੁਨੀਆ ਤੋਂ ਚਲਾ ਜਾਏ ਅਤੇ ਬਾਅਦ 'ਚ ਵੇਖਣਾ ਉਹਨੇ ਯਾਰ ਉਹ ਬੜਾ ਇੰਝ ਸਹੀ, ਉਹਨੇ ਉਹ ਵੀ ਕੰਮ ਇੰਝ ਕੀਤਾ, ਉਹਨੇ ਉਹ ਵੀ ਕੀਤਾ। ਬਾਰਿਸ਼ ਦੀ ਤਰ੍ਹਾਂ, ਬਾਰਿਸ਼ ਵੇਖੋ ਹਰ ਜਗ੍ਹਾ 'ਤੇ ਬਰਸਦੀ ਹੈ, ਬਾਰਿਸ਼ ਦੀ ਤਰ੍ਹਾਂ ਰਹੋ, ਜ਼ਿੰਦਗੀ ਵੀ ਲੰਮੀ ਪਾਓਗੇ, ਸਕੂਨ 'ਚ ਵੀ ਰਹੋਗੇ। ਪੜੰਗਿਆਂ 'ਚ ਮੈਂ ਕਈ ਵਾਰੀ ਸਮਝਾਉਂਦਾ ਰਹਿੰਦਾ ਕਿ ਇਹਨਾਂ 'ਚ ਕੋਈ ਸ਼ੈ ਮਿਲਦੀ ਕੱਖ ਨਹੀਂ, ਆਪਣੇ ਆਪ ਨੂੰ ਸਾੜਨਾ ਤਾਂ ਜ਼ਲੀਲ ਹੀ ਹੋਣਾ। ਮੇਰੇ ਸੋਹਣੇ ਮਾਲ ਦੇ ਘਰ ਤੁਸੀਂ ਆਉਂਦੇ ਹੋ, ਵੀਡੀਓ ਕੱਢੀ ਹੋ ਜਾਂਦੀ ਹੈ। ਜੇ ਦੂਸਰਾ ਜਿਹੜਾ ਮਾਂ ਪਿਓ ਦਾ ਦੀਵਾਨਾ ਨਾ, ਉਹਨੂੰ ਦੁਨੀਆਂ ਦੇ ਵਿਰਾਸਤ ਕਿਤੇ ਹਾਰ ਨਹੀਂ ਜੀ, ਹਕੀਕਤ ਗੱਲ ਜੀ। ਬੇਸ਼ੱਕ ਕਈ ਮੈਨੂੰ ਰਾਤੀ ਵੀ ਉੱਥੇ ਬੈਠੇ ਹਾਂ ਤੇ ਉਹਨੇ ਕਿ ਸੂਬੇਦਾਰ ਸਾਹਿਬ ਹੁੰਦੇ ਆ, ਤੁਸੀਂ ਆਪਣੇ ਮਾਂ ਪਿਓ ਦੇ ਬਹੁਤ ਜ਼ਿਆਦਾ। ਮੈਂ ਕਿਹਾ ਕੋ ਮੇਰਾ ਪੁੱਤਰ ਵੀ ਹੋ ਜਾਈਏ ਕਿ ਉਹਦੀ ਜ਼ਰੂਰਤ ਨਹੀਂ ਹੁੰਦੀ ਕਿ ਮੇਰੀ ਇਜਾਜ਼ਤ ਤੋਂ ਬਗੈਰ ਕੱਖ ਵੀ ਇੱਧਰ ਕਰੇ। ਮੈਂ ਜਦੋਂ ਆਹ 3-4 ਵੀਡੀਓ ਹੈ ਨਾ, ਤਾਂ ਬਿਲਕੁਲ ਜਾਇਜ਼ ਰੱਖ ਕੇ ਮੁੱਲ ਹੋਣਾ ਬਾਈ, ਯਕੀਨ ਕਰੋ। ਵੇਖੋ ਨਾ ਇਹ ਸਾਰੀਆਂ ਇਹ ਵੱਛੀ ਮੈਂ ਠਰਕਣਾ ਵੱਡੀ ਰੱਖੀ ਸੀ ਜੀ ਜੀ, ਉਹ 5 ਨਵੀਆਂ ਨੇ ਨਾ, 5 ਨੇ ਕਿ 6 ਨੇ, ਜਿਹੜੀਆਂ ਬਾਕੀ 6 6 ਨਵੀਆਂ ਨੇ। ਪਿਛਲੀ ਵਾਰੀ 5 ਜਾੜੀਆਂ ਨੂੰ ਉਸੇ ਦੇਣੀ, ਉਸ ਤੋਂ ਪਿਛਲੀਆਂ ਵੀ ਹੋਣ ਜੀ। ਤੇ ਜੇ ਮੁੱਲ ਹੀ ਮੈਂ ਛਦਾਈਆਂ ਤਰ੍ਹਾਂ ਠੋਕ ਛੜਾਂ 3.5 ਤੇ 3 ਤੇ ਮੈਨੂੰ ਕਿਸੇ ਆਖਣਾ ਉਹ ਇੰਝ ਹੀ ਆ ਵਿਹਲਾ ਹੀ ਆ ਫਿਰਦਾ ਪਿਆ, ਠੀਕ ਨੂੰ ਤਾਂ ਕਰੋ ਜੀ, ਤਾਂ ਕਰਨਾ ਬੜਾ ਸੌਖਾ ਜੀ, ਨਾ ਕਰੋ ਨਾ ਜੀ, ਉਹ ਤਾਂ ਹੋ ਜਾਂਦਾ। ਮੁੰਡਾ ਹੱਸਦਾ ਵੀ ਇਹਦੀ ਗੱਲਾਂ, ਪਰ ਜਿਹੜੇ ਪੁਰਾਣੇ ਬਾਬੇ ਹੁੰਦੇ ਨੇ ਉਹ ਇਹਨਾਂ ਦੀਆਂ ਗੱਲਾਂ ਇਹ ਜਿਹੀ ਹੁੰਦੀ ਯਾਰ। ਯੁਵਰਾਜ ਸਾਹਿਬ ਮੇਰੇ ਕੋਲ ਕਿਸੇ ਦੀ ਸ਼ਾਨ ਦੇ ਖਿਲਾਫ਼, ਤਾਂ ਮੈਂ ਕਿਸੇ ਦੀ ਸ਼ਾਨ ਦੇ ਖਿਲਾਫ਼ ਕਦੀ ਕੀਤੀ ਹੀ ਨਹੀਂ। ਜਦੋਂ ਮੈਂ ਕਿਸੇ ਦੀ ਸ਼ਾਨ ਦੇ ਖਿਲਾਫ਼ ਕਰਾਂਗਾ ਤਾਂ ਮੇਰਾ ਮਾਲਕ ਮੇਰੀ ਕੱਦ ਅਤੇ ਕਾਠ ਨੂੰ ਘਟਾਉਣਾ ਸ਼ੁਰੂ ਕਰ ਦੇਗਾ, ਤਾਂ ਜਦੋਂ ਮੈਂ ਕਿਸੇ ਦੀ ਨਾ ਕਰਾਂਗਾ ਤਾਂ ਮੇਰਾ ਮਾਲਕ ਮੇਰੇ ਕੱਦ ਸ਼ਾਨ ਨੂੰ ਵਧਾਏਗਾ। ਮਾਸ਼ਾਅੱਲਾ, ਸੋਹਣੇ ਮਾਲ ਦੇ ਕਰਮ ਨਾਲ ਹੁਣ ਵੀਡੀਓ ਫਿਰ ਤੁਸੀਂ ਆਉਂਦੇ ਵੱਡੀ ਹੋਈ ਜਾਂਦੀ ਹੈ ਜੀ, ਹੈ ਮੈਨੂੰ ਕੋਈ 2 ਮਿੰਟ ਟਾਈਮ ਦਿਆਂ ਦਿਓ ਤੇ ਚਾੜੀ ਟਾਈਮ ਨਾਲ ਦੋਸਤ ਵੇਖਣ ਸੁਭਾ ਦੀ ਵੀਡੀਓ ਕੋਈ ਨਹੀਂ ਲੱਗੀ ਟਾਈਮ ਆ ਤੇ ਆਪਣੀ ਕਿਹੜੀ ਰੀਲ ਚੜੀ ਹੈ ਚ ਫੇਰੀ ਜਾਂਦੇ ਆ ਜੇ ਨਹੀਂ ਤੇ ਮੇਰੇ ਕੋਲ ਕਿਸੇ ਦੀ ਸ਼ਾਨ ਦੇ ਖਿਲਾਫ਼ ਗਲਤੀ ਤੇ ਹੱਥ ਬੰਨ ਕੇ ਮਦਦ ਕਰਾਂਗਾ। ਮੇਰੇ ਕੋਲ ਦੂਸਰਾ ਪਾਕਿਸਤਾਨ ਆਰਮੀ ਜ਼ਿੰਦਾਬਾਦ, ਪਾਕਿਸਤਾਨ ਜ਼ਿੰਦਾਬਾਦ, ਖੁਦਾ ਹਾਫਿਜ਼, ਮਿਹਰਬਾਨੀ ਅਤੇ ਸ਼ੁਕਰੀਆ।